ਹਲਕਾ ਬਾਬਾ ਬਕਾਲਾ ਸਾਹਿਬ ਤੇ ਕਸਬਾ ਰਈਆ ਦੀ ਸੀਵਰੇਜ ਦੀ ਸਮੱਸਿਆ ਹੱਲ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਅਤੇ ਦੂਸਰੇ ਪਾਸੇ ਰਈਆ ਦੇ ਸੀਵਰੇਜ ਦੇ ਠੇਕੇ ਦਾ ਟੈਂਡਰ ਚੌਥੀ ਵਾਰੀ ਰੱਦ ਹੋਣ ਨਾਲ ਇਸ ਸਮੱਸਿਆ ਦੇ ਜਲਦ ਹੱਲ ਨਾ ਹੋਣ ਦੀ ਆਸ ਪੱਕੀ ਹੋ ਗਈ ਹੈ। ਪਰ ਫਿਲਹਾਲ ਝੇਲਣਾ ਆਮ ਇਨਸਾਨ ਨੂੰ ਪੈ ਰਿਹਾ ਹੈ ਅਤੇ ਜਿਸ ਦੇ ਫਲਸਰੂਪ ਉਹ ਰੋਜ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੈ। ਅੱਜ ਇੱਕ ਵਾਰ ਫਿਰ ਰਈਆ ਦੇ ਬਾਬਾ ਪਾਲਾ ਸਿੰਘ ਜੀ ਸੇਵਾ ਸੁਸਾਇਟੀ ਵੱਲੋਂ ਇੱਕ ਰੋਸ ਪ੍ਰਦਰਸ਼ਨ ਨਗਰ ਪੰਚਾਇਤ ਰਈਆ ਵਿਖੇ ਕੀਤਾ ਗਿਆ, ਪਰ ਇਸ ਵਾਰ ਇਸ ਰੋਸ ਪ੍ਰਦਰਸ਼ਨ ਵਿੱਚ ਬੀਬੀਆਂ ਨੇ ਵੀ ਹਿੱਸਾ ਲਿਆ ਅਤੇ ਜੰਮ ਕੇ ਈਓ ਰਈਆ ਅਤੇ ਨਗਰ ਪੰਚਾਇਤ ਰਈਆ ਦਾ ਪਿੱਟ ਸਿਆਪਾ ਕੀਤਾ। ਇਸ ਦੌਰਾਨ ਨਗਰ ਪੰਚਾਇਤ ਰਈਆ ਦੇ ਕਰਮਚਾਰੀਆਂ ਦੇ ਬਾਹਰ ਆਉਣ 'ਤੇ ਧਰਨਾਕਾਰੀਆਂ ਨੇ ਰੋਕ ਲਗਾ ਦਿੱਤੀ, ਜਿਸ ਦੇ ਚੱਲਦਿਆਂ ਧਰਨਾਕਾਰੀਆਂ ਦੀ ਨੋਕਝੋਕ ਵੀ ਹੋਈ। ਪਰ ਇਸ ਦੇ ਬਾਅਦ ਪੁਲਿਸ ਦੀ ਇੰਟਰਫੇਰੈਂਸ ਦੇ ਨਾਲ ਆਰਜ਼ੀ ਤੌਰ 'ਤੇ ਬੰਦੇ ਲਗਾ ਕੇ ਬਲਾਕ ਸੀਵਰੇਜ ਨੂੰ ਖੋਲ੍ਹਣ ਲਈ ਕਰਮਚਾਰੀ ਰੈਡੀ ਹੋਏ ਅਤੇ ਧਰਨਾ ਵੀ ਚੁੱਕਿਆ ਗਿਆ। ਪਰ ਇਸ ਸਾਰੇ ਧਰਨੇ ਵਿੱਚ ਇੱਕ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਦੋ ਦਿੱਗਜ ਨੇਤਾਵਾਂ ਦੀ ਲੜਾਈ ਕਰਕੇ ਇਹ ਸੀਵਰੇਜ ਦਾ ਟੈਂਡਰ ਹੋ ਨਹੀਂ ਪਾ ਰਿਹਾ। ਕਮਾਲ ਨਿਊਜ਼ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕਰਦਾ, ਪਰ ਇੱਕ ਗੱਲ ਸਿੱਧ ਹੈ ਕਿ ਰਈਆ ਦੇ ਸੀਵਰੇਜ ਦਾ ਹਾਲ ਬੁਰਾ ਹੈ। ਜਨਤਾ ਦੁਖੀ ਹੈ ਪਰ ਸਭ ਜਾਣਦੀ ਹੈ ਅਤੇ ਹੋ ਸਕਦਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਜਨਤਾ ਆਪਣਾ ਜਵਾਬ ਵੋਟ ਦੇ ਰੂਪ ਵਿੱਚ ਦੇਵੇ। ਹਾਂਜੀ, ਮੈਂ ਅਜੀਤ ਮਾਲਾ ਰਈਆ ਜੀ। ਅੱਜ ਅਸੀਂ ਫਿਰ ਧੰਨ ਧੰਨ ਬਾਬਾ ਪਾਲਾ ਸਿੰਘ ਸੇਵਾ ਸੁਸਾਇਟੀ ਔਰ ਸਾਰੇ ਹੀ ਨਗਰ ਦੇ ਸੰਯੋਗ ਦੇ ਨਾਲ ਜਿਹੜਾ ਵਾ ਫਿਰ ਅਸੀਂ ਸਾਰੇ ਇੱਥੇ ਧਰਨਾ ਲਾਇਆ। ਸਾਨੂੰ ਇਹ ਨੌਗਤ ਤਾਂ ਹੀ ਆ ਕਿ ਉਸ ਦਿਨ ਅਸੀਂ ਧਰਨਾ ਲਾਇਆ ਸੀ ਅਤੇ ਉਸ ਦਿਨ ਇਹ ਗਏ ਆ, ਕਰਮਚਾਰੀ ਜ਼ਰੂਰ ਗਏ ਜ਼ਰੂਰ ਹੈਗੇ, ਪਰ ਉੱਥੇ ਛੇੜਛਾੜ ਕਰਕੇ ਬਸ ਅੱਧਾ ਕੁ ਘੰਟਾ ਜਿਹੜਾ ਵਾ ਛੇੜਛਾੜ ਕੀਤੀ ਆ, ਕੋਈ ਵੀ ਸਾਡਾ ਮਸਲਾ ਨਹੀਂ ਹੱਲ ਹੋਇਆ। ਫਿਰ ਅਸੀਂ ਇਹਨਾਂ ਨੂੰ ਜਿਹੜਾ ਇਹਨਾਂ ਦਾ ਇੰਚਾਰਜ ਸੀ, ਕਮੇਟੀ ਨੇ ਇਹਨਾਂ ਦਾ ਬਿੱਲੇ ਨਾਂ ਦਾ ਕੋਈ ਇੰਚਾਰਜ ਹੀ ਹੈ ਜਿਹੜਾ, ਉਹਨੂੰ ਅਸੀਂ ਫੋਨ ਉਦੋਂ ਦੇ ਪਤਾ ਨਹੀਂ ਕਿੰਨੇ ਕੁ ਕਰ ਚੁੱਕੇ ਹਾਂ, ਇਹ 17 ਤਰੀਕ ਦੀ ਗੱਲ ਆ ਸਰ, ਅਤੇ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਕੁ ਫੋਨ ਕਰੇ, ਕੋਈ ਵੀ ਸਾਡਾ ਇਹਨਾਂ ਨੇ ਫੋਨ ਨਹੀਂ ਚੁੱਕਿਆ ਔਰ ਅਸੀਂ ਫਿਰ ਵੀਡੀਓ ਪਾਈ ਆ ਅਤੇ ਹੁਣ ਫਿਰ ਅੱਜ ਜਿਹੜਾ ਵਾ ਅੱਕ ਕੇ ਜਿਹੜਾ ਫਿਰ ਅਸੀਂ ਧਰਨਾ ਲਾਇਆ ਜੀ। ਬਿੱਲਾ ਕਿਹੜਾ? ਇਹ ਬਿੱਲਾ ਕਮੇਟੀ ਦਾ ਕੋਈ ਕਰਮਚਾਰੀ ਹੈ ਜੀ ਇਹਨਾਂ ਦਾ। ਅੱਛਾ ਜੀ। ਹਾਂਜੀ, ਉਹਨੂੰ ਅਸੀਂ ਸੁਣਿਆ ਕਿ ਇੰਚਾਰਜ ਆ ਇਹ ਸੀਵਰੇਜ ਦਾ ਜੀ। ਅੱਛਾ ਜੀ। ਹਾਂਜੀ, ਲੇਕਿਨ ਠੇਕਾ ਤੇ ਕਿਸੇ ਕੋਲ ਨਹੀਂ ਇੰਚਾਰਜ, ਕੋਣ ਮਤਲਬ? ਇਹ ਸਰ ਇਹ ਪ੍ਰਾਈਵੇਟ ਨਹੀਂ ਹੈ ਸਰ, ਕਮੇਟੀ ਦਾ ਬੰਦਾ ਵਾ ਜੀ, ਸਰਕਾਰੀ ਬੰਦਾ ਵਾ, ਉਹਨਾਂ ਨੇ ਇੰਚਾਰਜ ਜਿਹੜਾ ਉਹਨਾਂ ਨੂੰ ਉਹਨੂੰ ਲਾਇਆ ਵਾ ਜੀ, ਦੇਖਭਾਲ ਉਹ ਕਰਦਾ ਮਤਲਬ ਸੀਵਰੇਜ ਦੀ ਜੀ। ਅੱਛਾ ਜੀ, ਹੁਣ ਆ ਕਮੇਟੀ ਕਰਮਚਾਰੀਆਂ ਨਾਲ ਤੁਹਾਡੀ ਕੀ ਗੱਲਬਾਤ? ਹੁਣ ਅਸੀਂ ਇੱਥੇ ਆਏ ਹਾਂ ਜੀ, ਅਸੀਂ ਬੜੀ ਸ਼ਾਂਤਮਈ ਦੇ ਨਾਲ ਜਿਹੜਾ ਧਰਨਾ ਲਾਇਆ ਸੀ, ਅਸੀਂ ਰੋਸ ਪ੍ਰਦਰਸ਼ਨ ਆਪਣਾ ਜ਼ਰੂਰ ਕਰਨ ਰਹੇ ਸੀ। ਇਹ ਕਮੇਟੀ ਦੀ ਬੀਬੀ ਆ ਕਰਮਚਾਰੀ ਬੀਬੀ ਕੁਲਵਿੰਦਰ ਕੌਰ, ਉਹ ਆਪਣੀ ਐਕਟਿਵਾ 'ਤੇ ਆਈ ਆ, ਸਾਡੀਆਂ ਬੀਬੀਆਂ ਨੂੰ ਮਿੰਨਤ ਕੀਤੀ ਆ ਕਿ ਅਸੀਂ ਨੰਗਣ ਤੁਹਾਨੂੰ ਨਹੀਂ ਦੇਣਾ ਜੀ, ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਸਾਡੇ ਬੜੇ ਬੁਰੇ ਹਾਲ ਆ, ਅਸੀਂ ਨਹੀਂ ਤੁਹਾਨੂੰ ਨੰਗਣ ਦੇਣਾ। ਉਹ ਧੱਕੇ ਦੇ ਨਾਲ ਉਹਨਾਂ ਨੇ ਬੀਬੀ ਦੇ ਉੱਤੇ ਜਿਹੜਾ ਵਾ ਉਹ ਐਕਟਿਵਾ ਚੜਾਉਣ ਦੀ ਕੋਸ਼ਿਸ਼ ਕੀਤੀ ਆ ਜੀ। ਫਿਰ ਸਾਡੇ ਮੁੰਡੇ ਦਾ ਇੱਕ ਤਾਂ ਥੱਪੜ ਵੀ ਉਹਨੇ ਮਾਰਿਆ ਵਾ ਔਰ ਬੜੀ ਬਦਤਮੀਜ਼ੀ ਕੀਤੀ ਆ ਜੀ। ਕੀ ਮੰਗ ਕੀ ਕਰਦੇ ਹੋ? ਅਸੀਂ ਇਹ ਮੰਗ ਕਰਦੇ ਹਾਂ ਜੀ, ਸਾਡੀਆਂ ਜੋ ਮੰਗਾਂ ਉਹਨਾਂ ਨੂੰ ਪੂਰੀਆਂ ਕੀਤੀਆਂ ਜਾਣ ਔਰ ਜੋ ਬੀਬੀ ਨੇ ਕਰਮਚਾਰੀ ਨੇ ਬੀਬੀ ਕੁਲਵਿੰਦਰ ਕੌਰ ਨੇ ਸਾਡੇ ਬੀਬੀਆਂ ਦੇ ਨਾਲ ਧੱਕਾ ਕੀਤਾ ਵਾ ਔਰ ਸਾਡੇ ਮੁੰਡੇ ਦੇ ਨਾਲ ਬਦਤਮੀਜ਼ੀ ਕੀਤੀ, ਉਹਦੇ ਥੱਪੜ ਮਾਰਿਆ ਵਾ, ਉਹਦੀ ਕਾਨੂੰਨੀ ਕਾਰਵਾਈ ਜੋ ਬਣਦੀ ਆ ਉਹ ਕੀਤੀ ਜਾਵੇ ਜੀ।